18 ਚ 28 ਜੋੜੇ ਕਿੰਨੇ ਹੋਗੇ ਕਿੰਨੇ 18 ਚ 28 ਆ ਕੋਈ ਗੱਲ ਨਹੀਂ ਇਹ ਆਈ ਡੀ ਦੀ ਗੱਲ ਚੱਲ ਰਹੀ ਸੀ ਏਂਜਲ ਪ੍ਰਿਆ ਬੜਾ ਮਸ਼ਹੂਰ ਹੈ ਜੀ ਨੋ ਤੇ ਉਹ ਵੀ ਆਈ ਡੀ ਦੱਸਦੀ ਹੈ ਆਪਣੀ ਹੈ ਜੀ ਉਹ ਹੈਡੀ ਹੈ ਇੱਥੇ ਤੁਸੀਂ ਕੀ ਹੋ ਜਾਓ ਤਾਂ ਸ਼ਾਂਤ ਕਿ ਹੋਗੇ ਨਹੀਂ ਮੈਂ ਗੱਲ ਸੁਣਦੀ ਸੀ ਦੀਦੀ ਜੀ ਦੀਦੀ ਕਿੜੇ ਪਹਿਣੇ ਤੇਰੇ ਤੇ ਮੇਰੇ ਸਸ਼ਿਕਾਜੀ ਟੋਕਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਆ ਬਾਈ ਜੀ ਨੇ ਵੀ ਲੋ ਜੀ ਵੇਚ ਯਾਰ ਇਹ ਤਾਂ ਮੇਨ ਨੇ ਸੋ ਟੋਕਰਾ ਟੀਵੀ ਟੀਮ ਜਿਹੜੀ ਅੱਜ ਪਹੁੰਚੀ ਆ ਪਿੰਡ ਦਾ ਨਾਮ ਦੱਸੋ ਤੁਸੀਂ ਪਹਿਲਾਂ ਗੋੜਾ ਪਿੰਡ ਗੋੜਾ ਪਿੰਡ ਤੇ ਅਸੀਂ ਕੀ ਕਰਨ ਆਏ ਹਾਂ ਪਤਾ ਨਹੀਂ ਚਲੋ ਇਹਨਾਂ ਨੂੰ ਤਾਂ ਪਤਾ ਨਹੀਂ ਅਸੀਂ ਦੱਸ ਦਿੰਦੇ ਆ ਅਸੀਂ ਇੰਟਰਵਿਊ ਕਰਨ ਆਏ ਆ ਜੀ ਇਹਨਾਂ ਦਾ ਸੋ ਵੈਲਡਰ ਧੀ ਵੈਲਡਰ ਕੁੜੀ ਬਰਾਉਨ ਕੁੜੀ ਬੜੇ ਨਾਉਨ ਹੈ ਜੀ ਇਹਨਾਂ ਦੇ ਤੇ ਫੇਕ ਆਈਡਿਜ਼ ਵੀ ਬਣੀਆਂ ਨੇ ਉਹ ਵੀ ਕਰ ਦਿਓ ਤੁਸੀਂ ਕਹਿੰਦੇ ਸੀ हां जी बहुत फेक आईडीज ने मेरी वैसे ओरिजिनल आईडी हैगी ब्राउन अंडरस्कोर कुड़ी 1 ਤੇ ਇਹ ਮੇਰੀ ਇਨਸਟਾ ਤੇ ओरिजिनल ਆਈਡੀ ਆ ਤੇ ਮੇਰੀ YouTube ਤੇ ਵੀ ਚੈਨਲ ਬਣਾਇਆ ਥੋੜੇ ਕੇ ਦਿਨ ਹੋਇਆ ਉਹਦੇ ਤੇ ਹੈਗਾ ਆ ब्राउन ਕੁੜੀ ਦਾ ਵੈਲਡਰ ਗਰਲ ਸਬਸਕ੍ਰਾਈਬ ਕਰ ਲਓ ਚੈਨਲ ਨੂੰ थैंक यू जी ਤੇ ਆਈਡੀਜ਼ ਦੀ ਗੱਲ ਚੱਲ ਰਹੀ ਸੀ ਐਂਜਲ ਪ੍ਰਿਆ ਬੜਾ ਮਸ਼ਹੂਰ ਹੈ ਜੀ ਨੋ ਤੇ ਉਹ ਵੀ ਆਈਡੀ ਦੱਸਦੀ ਹੈ ਆਪਣੀ ਹੈ ਜੀ ਉਹ ਰੈਡੀ ਹੈ ਲੈ ਦੇਖ ਲੋ ਆ ਸੋਹਣਿਆ ਦੰਦ ਐ ਨਹੀਂ ਲੱਗਦਾ ਏ ਐਂਜਲ ਬੀਆ ਜਿਹੜੀ ਆਈਡੀ ਹੈ ਹਨਾ ਬਣਾ ਕੇ ਹੈ ਨਾ ਜਿਹੜੀ ਕਮਾਈ ਹੁੰਦੀ ਆ ਤਾਂ ਲਾਇਆ ਆ ਥਗਿਆ ਮਰਮਰ ਲਾਇਆ ਜੀ ਇਹ ਥਗਿਆ ਮਰਮਰ ਲਾਇਆ ਜੀ ਇਹ ਤਾਂ ਹੀ ਵੱਡਾ ਕੀਤਾ ਤੇ ਮੈਂ ਸੁਣਨ ਦੇ ਵਿੱਚ ਆਇਆ ਬਾਈ ਜੀ ਤੁਸੀਂ ਡਾਈਟਿੰਗ ਸਟਾਰਟ ਕਰ ਲਈ ਥੋੜੀ ਥੋੜੀ ਕੀਤੀ ਆ ਜੀ ਮਾੜੀ ਮਾੜੀ ਉਹ ਕਿਉਂ ਵੀ ਮਤਲਬ ਤੁਸੀਂ ਮਾਡਲਿੰਗ ਚ ਜਾਣਾ ਚਾਹੁੰਦੇ ਹਾਂਜੀ ਖਾਣ ਦੀ ਡਾਈਟਿੰਗ ਹੈ ਨਹੀਂ ਖਾਣ ਦੀ ਖਾਣ ਦੀ ਡਾਈਟਿੰਗ ਆ ਇਹ ਕਿਸੇ ਚੀਜ਼ ਨੂੰ ਨਹੀਂ ਮਨਾ ਕਰਦਾ ਕਹਿੰਦੇ ਜਿਹੜੀ ਆਪਣੇ ਆਪ ਆਉਂਦੀ ਆ ਔਣ ਦੋ ਕਹਿੰਦੇ ਜਿਹੜੀ ਤੁਸੀਂ ਸਿੱਟਣੀ ਵੀ ਆ ਨਾ ਸਿੱਟੋ ਅਸੀਂ ਵੇਸਟ ਨਹੀਂ ਕਰਦੇ ਜੀ ਅਚਾ ਤੁਸੀਂ ਵੇਸਟ ਨਹੀਂ ਕਰਦੇ ਕਹਿੰਦਾ ਮਤਲਬ ਅੱਛਾ ਡਾਈਟਿੰਗ ਉਹ ਕਰ ਰਹੇ ਵੀ ਡਾਈਟਿੰਗ ਕਰਦੇ ਨੇ ਖਾਂਦੇ ਬਹੁਤ ਨਹੀਂ ਬਾਈ ਜੀ ਚਲੋ ਵਧੀਆ ਚਾਰ ਸਮੋਸੇ ਖਾ ਕੇ ਜਦੋਂ ਮੈਂ ਹੁਣ ਸਮੋਸਾ ਖਾ ਰਹੀ ਆ ਮਤਲਬ ਮੈਂ ਤਾਂ ਨਹੀਂ ਖਾਦੇ ਮੇਰੇ ਕੋਲ ਦਿਖਾ ਰਹਾ ਮੈਨੂੰ ਸਟਣਾ ਵੀ ਹੈਗਾ ਯਾ ਤੂੰ ਕੋੰਦਾ ਫੜਾ ਮੈ ਤੇ ਤੁਸੀਂ ਫਿਰ ਕੀ ਕਰਦੇ ਆ ਖਾ ਲੈ ਮੈਂ ਤੁਹਾਨੂੰ ਡਿਫੈਂਡ ਕਰ ਰਿਹਾ ਤੁਸੀਂ ਹੋਰ ਕਰਾਈਆ ਚਲੋ ਕੋਈ ਗੱਲ ਨਹੀਂ ਬਾਈ ਜੀ ਹੁਣੀ ਚਲੋ ਬੜੇ ਸ਼ੁੱਧ ਜਿਹੜੇ ਆ ਔਰ ਮਿੱਠੇ ਬੋਲ ਬੋਲ ਰਹੇ ਕਿਉਂਕਿ ਗੰਨਾ ਖਾ ਕੇ ਆਏ ਨੇ ਤੇ ਅੱਗੇ ਆਪਾਂ ਗੱਲ ਕਰਦੇ ਆ ਤੁਸੀਂ ਇਹਨਾਂ ਤਾਂ ਕਿਉਂ ਕਰਦੇ ਮੈਨੂੰ ਮਜ਼ਾ ਹੁੰਦਾ ਤੇ ਤੁਹਾਨੂੰ ਪਤਾ ਨਹੀਂ ਜੀ ਮੈਂ ਤਾਂ ਅੱਜ ਤੱਕ ਆਇਆ ਨਹੀਂ ਨੰ ਬਹੁਤ ਅੱਛਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਐਂਟਰੇਨ ਕਰਦੇ ਹੋ ਤੇ ਕਹਿੰਦੇ ਵੀ ਮੇਨ ਹੀਰੋ ਫਿਲਮ ਦਾ ਬਾਈ ਆ ਸੱਚ ਵਿਲਨ ਹੈ ਹੀਰੋ ਨਹੀਂ ਹੈ ਵਿਲਨ ਆ ਵਿਲਨ ਇਹ ਤੁਹਾਡੇ ਲਈ ਹੋ ਸਕਦਾ ਨਾ ਵਿਲਨ ਸਾਡੇ ਲਈ ਤਾਂ ਬਾਈ ਹੀਰੋ ਹੈ ਕਿਉਂ ਬਾਈ ਇਹ ਤਾਂ ਜੀ ਬਾ ਲੋਕਾਂ ਨੂੰ ਪਤਾ ਹੋਗਾ ਜੀ ਮੈਂ ਤਾਂ ਦੇਖਦਾ ਨਹੀਂ ਆਪਣੀ ਕਦੀ ਐਟ ਚੱਕ ਕੇ ਮਾਰਦਾ ਕਦੀ ਗਲਾਸ ਚੱਕ ਕੇ ਮਾਰਦਾ ਕਦੀ ਸਾਨੂੰ ਕੁੱਟਣ ਲੱਗ ਜਾਂਦਾ ਹੈ ਤੇ ਨਹੀਂ ਉਹ ਤਾਂ ਪਿਆਰ ਆ ਨਾ ਫਿਰ ਹਾਂਜੀ ਹਾਂਜੀ ਇਹ ਕੁੱਟ ਕੇ ਵੀ ਪਿਆਰ ਹੁੰਦਾ ਅੱਛਾ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ ਕਿਹਦੇ ਬਾਰੇ ਇਹ ਤੇ ਬਾਰੇ ਉਹ ਵਜਿ ਗੱਲਾਂ ਵੀ ਆਪਾਂ ਬਾਜੀ ਹਾਂ ਬਾਜੀ ਸਾਡੇ ਨਾਲ ਬਾਜੀ ਨੂੰ ਕੰਮ ਕਰਦੇ ਨੂੰ 20 22 ਸਾਲ ਹੋ ਗਿਆ ਹਾਂ ਮਾੜਾ ਚੰਗਾ ਦਸੀਂ ਕਹਿੰਦੇ ਹਾਂ ਇੱਕ ਦੂਜੇ ਨੂੰ ਬਸ ਉੱਦਾਂ ਹੱਸ ਸਮਝਾ ਕਰਦੇ ਰਹੀਦਾ ਹੈ ਥੋੜਾ ਫਨ ਸ਼ਨ ਹੋ ਜਾਂਦਾ ਸਾਡਾ ਵੀ ਟਾਈਮ ਪਾਸ ਹੋ ਜਾਂਦਾ ਇਹਨਾਂ ਦਾ ਵੀ ਟਾਈਮ ਪਾਸ ਹੋ ਜਾਂਦਾ ਜੇ ਡੈਡੀ ਦੇ ਲਾਗੇ ਲੱਗਦੇ ਫਿਰ ਤਾਂ ਇਹਨਾਂ ਨੂੰ ਗਾਲਾਂ ਪੈਦੀਆਂ ਫਿਰ ਤਾਂ ਕਿ ਜੇ ਬੱਚੇ ਹੁੰਦੇ ਆ ਫਿਰ ਹੁਣ ਜਿਵੇਂ ਅਸੀਂ ਇੱਕ ਦੂਜੇ ਦਾ ਮਾੜਾ ਮੋਟਾ ਹੱਸ ਸਮਝਾ ਕਰਦੇ ਰਹੀਦਾ ਹੈ ਇਹ ਬਹੁਤ ਵਧੀਆ ਹਾਸੇ ਮਜ਼ਾਕ ਨਾਲ ਹੀ ਆ ਕਹਿੰਦੇ ਵੀ ਕਦੋਂ 8 ਤੋਂ ਰਾਤ ਦੇ 8 ਵਜੇ ਪਤਾ ਹੀ ਨਹੀਂ ਚੱਲਦਾ

ਬਲਕਿ ਇਦਾਂ ਹੋ ਜਾਂਦਾ ਜੇ ਆਪਾਂ ਉਹੀ ਆ ਕੰਮ 8 ਵਜੇ ਆਪਾਂ ਕਹਿ ਦਈਏ ਵੀ 8 ਵਜੇ ਹੁਣ ਚੱਲ ਜਾਣਾ ਆ ਮੈਂ ਤੇ ਵੀ ਮੈਂ ਕੱਲਾ ਹੁਣ ਮੈਂ ਕੱਲਾ ਕੀ ਕਰੀਆ ਫੇ ਅਸੀਂ ਨਾਲ ਹੋਈਦਾ ਵੀ ਚੱਲ ਘੰਟਾ ਦੋ ਘੰਟੇ ਬੰਦਾ ਹੋਰ ਕੰਮ ਕਰ ਲੈਂਦਾ ਇਹ ਵੀ ਥੋੜਾ ਰੋਲੇ ਰੁਲੇ ਸਾਡੇ ਤਾਂ ਕੰਮ ਤਾਂ ਕੀ ਕਰੌਣਾ ਸਾਤੋਂ ਗੱਲਾਂ ਹੀ ਕਰਾਈ ਜਾਣੀਆਂ ਠੀਕ ਹੈ ਇਹ ਕੀ ਗੱਲਾਂ ਕਰਦੇ ਨੇ ਐਵੇਂ ਬੱਸ ਉੱਤੇ ਚੁਗੁਲੀਆਂ ਤਾਂ ਨਹੀਂ ਹੁਣ ਕਹਿ ਸਕਦੀ ਉੱਤੇ ਹੀ ਇੱਧਰ ਉੱਧਰ ਛੇੜੀ ਜਾਣਾ ਤੰਗ ਕਰੀ ਜਾਣਾ ਕੰਮ ਕਰੀ ਜਾਣਾ ਗੱਲਾਂ ਕਰੀ ਜਾਣਾ ਨਾ ਟਾਈਮ ਪਾਸ ਹੋ ਜਾਂਦਾ ਕਹਿਣ ਦਾ ਮਤਲਬ ਬੜੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਇਹ ਸਾਡੇ ਦੇਸ਼ ਵੇਖ ਲਓ ਸੋ ਕੈਮਰੇ ਦੇ ਉੱਤੇ ਝੂਠ ਵੀ ਬੋਲ ਲੈਂਦੇ ਨੇ ਸੋ ਗੱਲਬਾਤ ਕਰਦੇ ਆ ਵੀ ਹੁਣ ਪੰਜਾਬ ਦੇ ਵਿੱਚ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਦੇ ਨਾਲ ਅੱਛਾ ਤੁਸੀਂ ਪੈਕਸ਼ਿੰਗ ਲਾ ਲ ਲਾਈਦਾ ਹੀ ਲਾ ਲੰਦੇ ਹਾਂ ਹਾਂਜੀ ਕਦੋਂ ਲਾਉਣੇ ਆ ਜਿੱਦਾਂ ਮਾ ਫੰਕਸ਼ਨ ਤੋਂ ਲਾਈਦਾ ਹੀ ਵੈਸੇ ਫੰਕਸ਼ਨ ਜਿੱਦਾਂ ਸਾਡੇ ਪਿੰਡ ਹੁਣ ਫੰਕਸ਼ਨ ਸੀਗਾ ਇਹਨੂੰ ਇਨਵਾਈਟ ਕੀਤਾ ਗਿਆ ਵੀ ਹਾਂ ਵੀ ਆ ਜਾ ਭਾਜੀ ਮਾੜਾ ਮੋਟਾ ਬਹਿ ਬੂ ਜਾ ਕੇ ਨਾ ਇਹ ਮਸਾਂ ਤਾਂ ਉਦੋਂ ਹੀ ਦਿਖਿਆ ਜਦੋਂ ਇਹਦਾ ਡੈਗਦਾ ਫਿਰੇ ਚਾਰ ਜਾਣੇ ਚੱਕੇ ਰਹੇਗੇ ਨੂੰ ਆਵੇ ਚੱਕੇ ਨਾ ਹੋਵੇ ਉਹਨਾਂ ਨੇ ਕ੍ਰੇਨ ਭਾਈ ਵੇ ਚੱਕ ਲਈ ਮਾਈ ਗੋਡ ਇੰਨੇ ਮਤਲਬ ਹੌਲੇ ਨੇ ਬਾਈ ਜੀ ਕ੍ਰੇਨ ਪਾ ਕੇ ਉਹਨੇ ਲੈ ਕੇ ਗਿਆ ਮੋਟਰਸਾਈਕਲ ਤੇ ਬਿਠਾਇਆ ਮੋਟਰਸਾਈਕਲ ਚੱਕ ਹੋ ਗਿਆ ਆਪਣਾ ਦੀ ਇਹ ਨਹੀਂ ਹੋਇਆ ਸੀ ਮम्मी ਨੇ ਚੇਤਾ ਨਹੀਂ ਬਾਈ ਨੂੰ ਚੇਤਾ ਨਹੀਂ ਕਿਉਂਕਿ ਦੈਟ ਟਾਈਮ ਬਾਈ ਜੀ ਕੋਮਾ ਸੀਗੇ ਇਹ ਸੰਗੀਤ ਦਾ ਜਿਹੜਾ ਬੜਾ ਮਨ ਹੋ ਰਿਹਾ ਹੁਣ ਸਾਡੀ ਸਾਡੇ ਲਈ ਸਾਡਾ ਵੀਰਾ ਗਾਣਾ ਪੇਸ਼ ਕਰੂਗਾ ਸਾਡੀ ਖਿਦਮਤ ਖਿਦਮਤ ਕਹਿੰਦੇ ਹੁੰਦੇ ਨੇ ਨਾ ਹਾਂ ਆ ਦੇਖੋ ਰਮਾਲ ਕੋਲ ਲੈ ਲਓ ਗਾ ਦਿਓ ਬਾਈ ਜੀ ਗਾ ਦਿਓ ਗਾ ਦਿਓ ਅੱਜ ਗਾ ਹੀ ਦਿਓ ਫਿਰ ਉਂਗਲੀ ਤੇਰ ਮਾਲਕ ਮੋਂਦਾ ਦਿਲ ਵਰ ਜਾਨੀ ਦਿਲ ਵਰ ਜਾਨੀ ਵਾਹ ਮੈਨੇ ਬੱਤੋ ਵੀ ਬੱਤ ਨਹੀਂ ਅਹੀ ਕਿਹੜਾ ਤੁਹਾਨੂੰ ਮਾਰਨ ਲੱਗੇ ਤੁਸੀਂ ਡਰ ਗਏ ਯਾਰ ਕੋਈ ਚੱਕਰ ਨਹੀਂ ਘਟਾ ਕੰਟੀਨਿਊ ਕਰੋ ਦੂਜਾ ਪੈਰਾ ਵੀ ਗਾ ਦਿਓ ਦੂਜਾ ਗਾਣੇ ਬਹੁਤ ਹੁੰਦੇ ਆ ਸੈਡ Song ਸੀਰੇ ਤੋਂ ਸੀਰਕ ਘੇਡੂ ਘਰੇ ਜਾ ਕੇ ਕੁੱਟ ਭੇੜੀ ਤੇ ਨਾ ਜੇ ਨਹੀਂ ਚਲੋ ਫਿਰ ਵੀ ਆਉਣ ਤੋਂ ਕੁਛ ਆਮਦ ਨਹੀਂ ਹੁਣ ਤਾਂ ਠੀਕ ਹੈ ਜੀ ਹੁਣ ਠੀਕ ਹੈ ਸੋ ਬਾਈ ਜੀ ਜਿਹੜਾ ਆ ਗੁਰੇਸ਼ ਕਰਦੇ ਨੇ ਦਿਨ ਦੇ ਵਿੱਚ ਇਹ ਸਿਰਫ ਸ਼ਾਮ ਨੂੰ ਹੀ ਮਤਲਬ ਗਾਣਾ ਗਾਉਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵਧੀਆ ਕੀ ਨਾਮ ਆ ਹਰਪਾਲ ਕੌਰ ਤੁਹਾਡਾ ਕੀ ਨਾਮ ਆ ਸਤਵੀਰ ਕੌਰ ਬਹੁਤ ਵਧੀਆ ਨਾਮ ਆ ਤੁਹਾਡਾ ਤੁਹਾਡਾ ਨਾਮ ਹਰਪਾਲ ਕੌਰ ਹਾਂਜੀ ਕੀ ਬਾਤ ਆ ਅੱਛਾ ਤੇ ਆਹ ਕਹਿੰਦੇ ਦੋ ਕੁੜੀਆਂ ਜਿਹੜੀਆਂ ਨੇ ਹਾਂਜੀ ਹਾਂਜੀ ਤੁਸੀਂ ਕਹਿੰਦੇ ਸਰੋਪਾ ਪਾਇਆ ਇਹਨਾਂ ਦੇ ਹਾਂਜੀ ਇਹ ਕੁੜੀਆਂ ਨੇ ਵੈਲਡਿੰਗ ਸਿੱਖਣੀ ਆ ਸਾਡੇ ਤੋਂ ਮਤਲਬ ਸਾਡੇ ਤੋਂ ਦੇਖਿਆ ਤਾਂ ਕਹਿੰਦੇ ਦੀਰੀ ਅਸੀਂ ਤੁਹਾਨੂੰ ਦੇਖਦੇ ਆ ਤੁਹਾਡੀਆਂ ਵੀਡੀਓਜ਼ ਦੇਖਦੇ ਆ ਵੀ ਸਾਨੂੰ ਅਸੀਂ ਮੋਟੀਵੇਟ ਹੋ ਰਹੀਆਂ ਵਾ ਵੀ ਅਸੀਂ ਕੰਮ ਸਿੱਖਣਾ ਇਸ ਲਾਈਨ ਦੇ ਵਿੱਚ ਆਣਾ ਟੈਕਨੀਕਲ ਲਾਈਨ ਦੇ ਵਿੱਚ ਹਾਂ ਇੱਕ ਸ਼ਾਇਰ ਵੀ ਇੱਕ ਬੜਾ ਸੋਹਣਾ ਲਿਖਦਾ ਹਮਨੇ ਉਸਕੋ ਘੰਟੋਂ ਮੋਟੀਵੇਟ ਕੀਤਾ ਹਮਨੇ ਉਸਕੋ ਘੰਟੋਂ ਮੋਟੀਵੇਟ ਕੀਤਾ ਤਬ ਜਾਕਰ ਮੋਟੀ ਨੇ ਆਪਣਾ weight ਕੀਤਾ ਕਮ ਜਾਂ ਕਰ weight ਕਮ ਕੀਆ ਆਪਣਾ weight ਕੀਤਾ ਉਸਨੇ ਮੇਰੇ ਮੈਂਨੇ ਉਸਕੇ ਅਬੇ ਕੋ ਬਲੇਖੇ ਅੰਡਰ ਐਸਟੀਮੇਟ ਕੀਤਾ ਮੈਂ ਸਮਝ ਨਹੀਂ ਲੱਗੀ ਕੋਈ ਗੱਲ ਨਹੀਂ ਦਰਸ਼ਕ ਸਮਝਦੇ ਨੇ ਸਮਝਦਾਰ ਨੂੰ ਇਸ਼ਾਰਾ ਬਹੁਤ ਹੋਵਾਂਗਾ ਮੂਰਖ ਸਮ ਲੇਟੀ ਜਾਓ ਨੂੰ ਕੁਝ ਨਹੀਂ ਪਤਾ ਲੱਗਦਾ ਮਤਲਬ ਅਸੀਂ ਮੂਰਖ ਆ ਨਹੀਂ ਨਹੀਂ ਮਤਲਬ ਤੁਸੀਂ ਸਮਝਦਾਰ ਹੋ ਅਸੀਂ ਤਾਂ ਬਹੁਤ ਸਮਝਦਾਰ ਆ ਜੀ ਅਜੇ ਤਾਂ ਫਿਰ ਠੀਕ ਆ ਜੀ ਅੱਛਾ ਜੀ ਸਤਵੀਰ ਕੌਰ ਜੀ ਪਹਿਲਾ ਸਵਾਲ ਆ ਐਜੂਕੇਸ਼ਨ ਕਿੰਨੀ ਲਈ ਤੁਸੀਂ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਫਾਈਨਲ ইয়ার ਚ ਹੋ ਗ੍ਰੇਡ ਕਿਹੜੀ ਯੂਨੀਵਰਸਿਟੀ ਮੈਂ ਗੁਰਨਾਨ ਸਿੰਘ ਦੇਵ ਯੂਨੀਵਰਸਿਟੀ ਬੀਏ ਕਰ ਰਹੇ ਹੋ ਬੀਕਾਮ ਬੀਕਾਮ ਆ ਯਾ ਅੱਛਾ ਕਿਹੜੇ ਕਿਹੜੇ ਸਬਜੈਕਟ ਹੁੰਦੇ ਨੇ ਬੀਕਾਮ ਦੇ ਵਿੱਚ ਬੀ ਕਮ ਚ ਅਕਾਊਂਟਸ ਇਕਨੋਮਿਕਸ ਹੋਰ ਵੀ ਮੈਨੇਜਮੈਂਟ ਇਹਦੇ ਨਾਲ ਰਿਲੇਟਡ ਸਭ 18 ਚ 28 ਜੋੜੇ ਕਿੰਨੇ ਹੋਗੇ ਕਿੰਨੇ 18 ਚ 28 ਹੋ ਗਈ ਗੱਲ ਨਹੀਂ ਇਹ 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 ਦੇਖੋ ਜੀ ਇਹ ਸਟੂਡੈਂਟ ਨੇ ਹਨਾ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਨੇ ਇਦਾਂ ਨਹੀਂ ਇਹ ਗਲਤ ਗੱਲ ਮੈਨੂੰ ਉਹਨਾਂ ਨੇ ਬਾਹਰ ਕੱਢ ਦੇਣਾ ਯੂਨੀਵਰਸਿਟੀ ਚੋਂ 18 ਚ 28 ਹਾਂ ਨਹੀਂ ਜੋੜੋ ਨਾ ਤੁਸੀਂ ਜੋੜੋ ਤੁਹਾਨੂੰ 1 ਮਿੰਟ ਦਿੱਤਾ 18 ਚ 28 ਜੋੜੋ ਹਾਂ ਹਾਂ 18 36 ਦੇ 10 46 ਹੋ ਗਿਆ ਕੁੜੀਏ 46 ਹੋ ਗਿਆ ਆ ਜਾ ਹਾਂ ਕੋਈ ਗੱਲ ਨਹੀਂ ਮੈਨੂੰ ਇੱਕੋ ਪਤਾ ਸੀਗਾ ਮੈਂ ਨੂੰ ਉਹੀ ਮੈਂ ਪੁੱਛਦਾ ਹਾਂ ਨਾਰਵਰ ਤੇ 46 ਤਾਈ ਪੁੱਛਣਾ ਹੁੰਦਾ ਬਹੁਤ ਵਧੀਆ ਅੱਛਾ ਤੁਸੀਂ ਕਿੰਨੀ ਸਟੱਡੀ ਕੀਤੀ ਹੋਈ ਮੈਂ ਐਮ ਪੜ੍ਹਿਆ ਨਹੀਂ ਕਿੰਨੀ ਹੈ ਮਜ਼ਾਕ ਨਾ ਕਰੋ ਮੇ ਕੋ ਪਲੱਸ 2 ਹੀ ਆ ਪਲੱਸ 2 ਹੈ ਜੀ ਪਲੱਸ 2 ਚ ਕਿਹੜੇ ਸਬਜੈਕਟ ਸੀ ਮੇ ਕੋ ਆਰਟਸ 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 ਦੇ ਸਬਜੈਕਟ ਕਿਹੜੇ ਸੀਗੇ ਮੇ ਕੋ ਸੋਸ਼ੀਓਲੋਜੀ ਸੀ ਹਿਸਟਰੀ ਸੀਗੀ ਤੇ ਫਿਜ਼ੀਕਲ ਸੀਗੀ ਪੰਜਾਬੀ ਤੇ ਆਪਣੀ ਜੋ ਇੰਗਲਿਸ਼ ਹੁੰਦੀ ਹੈ ਬਸ ਇਹ ਦੋ ਕੁੜੀਆਂ ਨੇ ਕੀ ਨਾਮ ਕੀ ਤੁਹਾਡਾ ਜੀ ਸੋਨਮ ਸੋਨਮ ਤੁਸੀਂ ਇਹਨਾਂ ਡਰੇ ਕਿਉਂ ਨਹੀਂ ਮੈਂ ਡਰੀ ਨਹੀਂ ਮੈਂ ਹੈਗੀ ਐ ਇਦਾਂ ਨੇ ਏ ਇਦਾਂ ਦੇ ਕਿਉਂ ਨਹੀਂ ਅਸੀਂ ਇਹਨਾਂ ਨੂੰ ਪੁੱਛਦੇ ਆ ਤੁਸੀਂ ਇਦਾਂ ਦੇ ਕਿਉਂ ਨਹੀਂ ਮੈਂ ਵੈਸੇ ਹੀ ਹੈ ਕਿ ਤਾਂ ਮੌਸਮ ਇਦਾਂ ਦਾ ਸੀਗਾ ਦੋ ਤਿੰਨ ਇਦਾਂ ਰਿਹਾ ਤਿੰਨ ਦਿਨ ਤੇ ਉਹਦੇ ਕਰਕੇ ਇੱਕ ਗਲਾ ਖਰਾਬ ਹੋ ਗਿਆ ਉੱਪਰ ਜੀ ਜੇ ਕੰਮ ਹੋ ਗਿਆ ਸਿਹਤ ਵੀ ਖਰਾਬ ਹੋ ਗਈ ਉਹਦੇ ਕਰਕੇ ਥੋੜੇ ਤੁਹਾਨੂੰ ਪਤਾ ਜਦੋਂ ਬੰਦਾ ਬਿਮਾਰ ਹੋ ਜਾਂਦਾ ਕਿਦਾਂ ਦਾ ਹਾਲ ਹਾਲ ਹੋ ਜਾਂਦਾ ਉਹੀ ਹੋ ਜਾਂਿਆ ਮਸ ਗਲਾ ਹੀ ਦੁਖਦਾ ਬਾਕੀ ਤਾਂ ਠੀਕ ਆ ਥੋੜੇ ਦਿਨ ਲੱਗਣੇ ਆ ਹੋ ਜਾਣੀ ਹਾਂ ਸੌ ਚਿੱਪ ਕਿੱਥੇ ਚੁੱਪ ਕਿੱਥੇ ਹੁੰਦੀ ਹੈ ਆ ਦੇਖੋ ਜੀ ਇੱਥੇ ਤੁਸੀਂ ਕੀ ਹੋ ਜਾਂਦਾ ਸ਼ਾਂਤ ਕਿ ਹੋਗੇ ਨਹੀਂ ਮੈਂ ਗੱਲ ਸੁਣਦੀ ਸੀ ਦੀਦੀ ਦੀ ਜੀ ਦੀਦੀ ਕਿੜੇ ਪਹਿਣੇ ਤੇਰੇ ਤੇ ਜੇ ਮੈਂ ਦੀਦੀ ਕਹੂੰਗੀ ਤਾਂ ਗੱਲੀਆਂ ਤਾਂ ਹੀ ਮੰਦੀ ਦੀ ਕਹਿਣਗੀਆਂ ਬਿਲਕੁਲ ਬਿਲਕੁਲ ਅੱਛਾ ਤੁਹਾਡਾ ਕੀ ਨਾਮ ਹੈ ਜੀ ਨੀਸ਼ਾ ਨੀਸ਼ਾ ਤੁਹਾਨੂੰ ਕੀ ਸ਼ੌਂਕ ਕੀ ਹੈ ਤੁਹਾਡਾ ਬਾਹਰ ਜਾਣਾ ਕਿਹੜੀ ਕੰਟਰੀ ਜਾਓਗੇ ਕੈਨੇਡਾ ਕੈਨੇਡਾ ਅੱਛਾ ਵੈਨਕੂਵਰ ਦਾ ਪਤਾ ਤੁਹਾਨੂੰ ਕੈਨੇਡਾ ਚ ਵੈਨਕੂਵਰ ਚਾਰ ਸਟੀਆਂ ਦੇ ਨਾਮ ਕੈਨੇਡਾ ਦੇ ਜਿਹੜੀਆਂ ਮੇਰੇ ਮੂੰਹ ਸੇ ਨਿਕਲਦੋਂ ਥੋੜਾ ਜਿਹਾ ਚਲੋ ਕੈਨੇਡਾ ਦੀਆਂ ਚਾਰ ਸਟੀਆਂ ਦੇ ਨਾਮ ਟ੍ਰਾਂਟੋ ਸਰੀ ਬ੍ਰਮਟਨ ਬੈਨਕੂਵਰ ਬ੍ਰਮਟਨ ਤਾਂ ਮੈਂ ਲੱਗਦਾ ਯੂਕੇ ਚ ਨਹੀਂ ਹੈ ਕੈਨੇਡਾ ਚ ਬ੍ਰਮਟਨ ਹੋ ਸਕਦਾ ਹੈਗਾ ਇਹ ਕੈਨੇਡਾ ਚ ਹੈਗਾ ਕੈਨੇਡਾ ਚ ਬ੍ਰਮਟਨ ਦਾ ਮੇਨ ਗਾਰਡ ਆ ਪੰਜਾਬੀਆਂ ਦਾ ਅਸੀਂ ਕਿੱਥੇ ਜਾਣਾ ਆਪਾਂ ਕਦੀ ਬਾਈਪਾਸ ਨਹੀਂ ਟੱਪੇ ਸਾਡੇ ਵਿਚਾਰ ਕੁਝ ਹੋਰ ਨੇ ਅੱਛਾ ਤੁਸੀਂ ਕਿਹੜੀ ਸਿਟੀ ਜਾਓਗੇ ਮੈਂ ਬ੍ਰਮਟਨ ਬ੍ਰਮਟਨ ਇੱਥੇ ਵੈਲਡਿੰਗ ਸਿੱਖ ਕੇ ਤੁਸੀਂ ਉੱਥੇ ਜਾ ਕੇ ਇਹੀ ਕੰਮ ਕਰੋਗੇ ਹਾਂਜੀ ਬਹੁਤ ਚੰਗੀ ਗੱਲ ਹੈ ਜੀ ਇਹ ਕਿੰਦਾ ਮਨ ਚ ਆਇਆ ਕਿਵੇਂ ਕਿਉਂ ਇਹ ਵਿਚਾਰ ਕਿਉਂ ਆਇਆ ਮੈਂ ਇਹਨਾਂ ਦੀਆਂ ਇੰਸਟਾ ਤੇ ਵੀਡੀਓਜ਼ ਦੇਖਿਆ ਸੀ ਗਿਆ ਤੇ ਫਿਰ ਮੈਂ ਘਰੇ ਗੱਲ ਕੀਤੀ ਰਿਸ਼ਤੇਦਾਰਾਂ ਨਾਲ ਤੇ ਉਹ ਕਹਿੰਦੇ ਤੂੰ ਮੈਂ ਥੋੜਾ ਡਰ ਗਿਆ ਮੈਂ ਕਿਹਾ ਘਰੇ ਗੱਲ ਕੀਤੀ ਰਿਸ਼ਤੇਦਾਰਾਂ ਹੀ ਮੈਂ ਕਿਹਾ ਰਿਸ਼ਤੇ ਰਿਸ਼ਤੇ ਆਉਣ ਲੱਗ ਗਏ अच्छा फिर फिर कर दे कहंदे तू कर ला के काम बार जाके भी बढ़िया करूंगी हां कि तेंनु कोई और काम नहीं करना पोंगा तू ये सीख्या होगा ते कर सकदी हां ਤੁਸੀਂ ਇੱਕ ਸ਼ਾਇਰੀ ਸੁਣਾਓ ਮੈਨੂੰ ਲੱਗਦਾ ਤੁਹਾਨੂੰ ਇਸ ਆਂਦੀ ਹੋਣੀ ਮਾੜੀ ਮੋਟੀ ਆ ਸ਼ਾਇਰੀ ਨਹੀਂ ਆਂਦੀ ਗਾਣਾ ਆਉਂਦਾ ਇਹਨੂੰ ਅਮਰਿੰਦਰ ਗੱਲ ਬਹੁਤ ਪਸੰਦ ਦੇ ਅਮਰਿੰਦਰ ਮੈਨੂੰ ਸੁਣਨਾ ਹੀ ਆਉਂਦੇ ਗਾਣੇ ਨਹੀਂ ਆਉਂਦੇ ਸੁਣਨਾ ਹੁੰਦਾ ਕਿਹੜੇ ਕਾਨ ਵਿੱਚੋਂ ਸੁਣਦਾ ਤੁਸੀਂ ਦੋਨੇ ਹੀ ਧੋਨੇ ਕਾਨ ਚ ਚੱਲਦੀ ਆ ਮੈਂ ਹਾਂ ਜੰਗੀ ਕਾਲਾ ਜੀ ਹੱਸੀ ਪਤਾ ਨਹੀਂ ਕਿਉਂ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਹਾਸਾ ਨਹੀਂ ਆ ਰਿਹਾ ਤੁਹਾਨੂੰ ਆ ਰਿਹਾ ਤੁਸੀਂ ਮੈਨੂੰ ਕਿਉਂ ਹਸਾ ਰਹੀਆਂ ਤੁਸੀਂ ਮੈਨੂੰ ਨਹੀਂ ਆ ਰਿਹਾ ਹਾਸਾ ਸੌ ਲੱਗੇ ਇਹਦੀ ਲੈ ਸੌ ਸੌ ਦਾ ਸੌ ਹੀ ਹੁੰਦੀ ਏ ਕਿਹਦੀ ਹਾਂ ਅਸੀਂ ਸੌ ਦੀ ਖਾਵਾਂਗੇ ਕਿਹਦੀ ਪਿਤਾ ਜੀ ਜੇਲ ਚ ਨੇ ਹਾਂ ਇਹਨਾਂ ਨੂੰ ਪੁੱਛਾਂ ਚੱਲ ਕੱਟ ਦੇ ਇੱਕ ਮਿੰਟ ਇੱਥੇ ਖੜਾ ਰੋ ਇੱਥੇ ਰੋ ਹਾਂ ਕੀ ਪੁੱਛਾਂ ਉਹ ਉਹ ਇਹਨਾਂ ਤੋਂ ਬਲਕਿ ਉਹ ਕੇਸ ਹੁੰਦਾ ਦਾ ਐਂ ਡਰੇ ਡਰੇ ਹਾਂ ਉਹ ਕਹਿਦਾ ਦਾ ਤੁਹਾਡਾ ਡਰੇ ਕਿਉਂ ਜੀ ਕਮੇਟੀ ਜਿਹੜੀ ਲੰਘ ਜਾੜੀ ਹਾਂ ਹਾਂ ਵਾਹ ਵਾਹ ਠੀਕ ਹੈ ਹਾਂ ਵਾਹ ਠਿਕ ਠਕਰ 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 ਹਾਂ ਅੰਕਲ ਇਦਾਂ ਨਹੀਂ ਕਰਨੀ ਆਪਾਂ ਉਹ ਜਿਹੜੀ ਉਹ ਅਸੀਂ ਬੈਠ ਕੇ 5 ਮਿੰਟ ਚ ਕਰ ਲੈਣੀ ਪਹਿਲਾਂ ਹਾਂ ਆ ਬਾਜੋ ਆ ਦੇਖ ਚਲੋ ਪਹਿਲਾਂ ਖੜ੍ਹ ਜੋ ਸਿੱਧਾ ਹੋ ਜਾਓ ਹਾਂ ਚਲੋ ਹੱਟਣਾ ਨਹੀਂ ਪਲੀਜ਼ ਹਾਂ ਹਾਂ ਜੀ ਇੱਕ ਆ ਸੁਨਮ ਜੀ ਤੁਸੀਂ ਇੰਨੇ ਡਰੇ ਕਿਉਂ ਨਹੀਂ ਮੈਂ ਡਰੀ ਘਬਰਾਏ ਕਿਉਂ ਤੁਸੀਂ ਇੰਨੀ ਟੈਨਸ਼ਨ ਕਿਉਂ ਲੈ ਰਹੇ ਹੋ ਨਹੀਂ ਨਹੀਂ ਟੈਨਸ਼ਨ ਨਹੀਂ ਲੈਂਦੀ ਮੈਂ ਉਦਾਂ ਹਨਾ ਉਹ ਤੁਹਾਡੇ 15 ਨੂੰ ਬੋਲੀ ਹੁੰਦੀ ਪਈ ਕਮੇਟੀ ਦੀ ਲੱਗਦਾ ਨਾ ਜਿਵੇਂ ਕਮੇਟੀ ਕੇ ਬੰਦੇ ਨੇ ਦੇਣੀ ਮੈਨੂੰ ਟੈਨਸ਼ਨ ਆ ਭਾਈ ਮੇਰੇ ਨਾਲ ਦੂਜੀ ਗੱਲ ਨਾ ਕਰ ਭਾਈ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਵੈਸੇ ਹੀ ਥੋੜੇ ਇਦਾਂ ਮੈਂ ਤੁਹਾਨੂੰ ਇਹੀ ਕਹਨੀ ਆ ਕਿ ਮੇਰਾ ਗਲਾ ਖਰਾਬ ਆ ਇਸ ਕਰਕੇ ਗਲੇ ਨੂੰ ਤੁਸੀਂ ਕਵਾਲੀਆਂ ਦਾ ਤਾੜੀਆਂ ਮਾਰਦੇ ਰਹੇ ਤੁਸੀਂ ਨੀ ਨਹੀਂ ਮੌਸਮ ਕਰਕੇ ਇਦਾਂ ਹੋ ਗਿਆ ਨਾ ਉਹ ਤਾਂ ਹੈ ਜੀ ਬਿਲਕੁਲ ਮੌਸਮ ਜਿਹੜਾ ਆ ਥੋੜਾ ਜਿਹਾ ਖਰਾਬ ਆ ਜੀ ਆ ਇਧਰ ਜੀ ਹੁਣ ਮੇਰਾ ਨਾਮ ਥੋੜਾ ਜਿਹਾ ਸਤਵੀਰ ਕੌਰ ਸਤਵੀਰ ਕੌਰ ਅੱਛਾ ਤੁਹਾਡੇ ਕੀ ਸ਼ੌਂਕ ਨੇ ਮੇਰਾ ਸ਼ੌਂਕ ਤਾਂ ਉਦਾਂ ਕੋਈ ਵੀ ਨਹੀਂ ਹੈਗਾ ਤੇ ਮਤਲਬ ਜਿੱਦਾਂ ਕਹਿ ਦੋ ਇੱਕ ਨਹੀਂ ਹੁੰਦਾ ਵੀ ਆਪਾਂ ਕਿਸੇ ਦੇ ਕਹਿਣੇ ਵਿੱਚ ਰਹਿਣਾ ਹੁੰਦਾ ਆ ਉਹਦੇ ਨਾਲ ਹੀ ਆਪਣੇ ਸਾਰੇ ਸ਼ੌਂਕ ਹੁੰਦੇ ਆ ਕੀ ਬਾਤ ਆ ਬਹੁਤ ਵਧੀਆ ਗੱਲ ਲੇ ਫਿਰ ਵੀ ਇੱਕ ਹੁੰਦਾ ਨੇ ਕਿ ਆ ਮੇਰੀ ਮਨ ਦੀ ਇੱਛਾ ਆ ਕਿ ਮੈਂ ਆ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਆ ਹਾਸਲ ਕਰਨਾ ਆ ਜ਼ਿੰਦਗੀ 'ਚ ਮਤਲਬ ਇੱਛਾ ਤਾਂ ਇਹੀ ਆ ਵੀ ਆਪਾਂ ਕੰਮ ਕਰੀਏ ਜਿੰਨਾ ਹੋ ਸਕਦਾ ਆ ਕੋਲ ਥੋੜੇ ਪੈਸੇ ਹੋਣ ਉਹ ਪੈਸਿਆਂ ਨਾਲ ਆਪਣੀ ਫੈਮਲੀ ਨੂੰ ਖੁਸ਼ ਰੱਖੀਏ ਆਪਣਾ ਕੁਝ ਬਣਾਈਏ ਬਸ ਆਹੀ ਅੱਛਾ ਜੀ ਤੁਹਾਡਾ ਕੀ ਆ ਜੀ ਸੇਮ ਕਾਪੀ ਸੇਮ ਕਾਪੀ ਕਾਪੀ ਪੇਸਟ ਜੀ ਮਤਲਬ ਤੁਹਾਨੂੰ ਗੱਲ ਨਹੀਂ ਆਉਂਦੀ ਤੁਸੀਂ ਉਹਨਾਂ ਦੇ ਚੱਕ ਕੇ ਉਹੀ ਕਿ ਠੀਕ ਆ ਅੱਛਾ ਅਸੀਂ ਨਹੀਂ ਸੋਚਦਾ ਤੁਹਾਡੀ ਸੇਮ ਹੋਗੀ ਬਟ ਤੁਸੀਂ ਚੁਗਲੀਆਂ ਕਰਦੇ ਆ ਉਸ ਵਿੱਚ ਕਿੰਨਾ ਚੰਗਾ ਕਿੰਨਾ ਲੱਗਦਾ ਤੁਹਾਨੂੰ ਮੈਂ ਨਹੀਂ ਕਰਦੀ ਚੁਗਲੀਆਂ ਮੈਨੂੰ ਬਹੁਤ ਚੁਗਲੀ ਕਰਦੀ ਲੋਕਾਂ ਦੀਆਂ ਕਰੀਦੀਆਂ ਆ ਲੋਕਾਂ ਦੀਆਂ ਪਾਪ ਕਰਦੇ ਤੋਂ ਨੇ ਅਸੀਂ ਲੋਕਾਂ ਦੇ ਮੈਨੂੰ ਵੀ ਇਹਨੇ ਚੁਗਲੀਆਂ ਕਰਕੇ ਆਪਣਾ ਮਾਈਂਡ ਥੋੜਾ ਫਰੈਸ਼ ਹੋ ਜਾਂਦਾ ਹਾਂ ਵੀ ਜੇ ਆਪਣੇ ਕੋਈ ਸਟ्रेस ਰਹਿੰਦਾ ਹੈ ਨਾ ਉਹ ਚੁਗਲੀਆਂ ਨਾਲ ਦੂਰ ਹੋ ਜਾਂਦਾ ਹੈ ਦੂਰ ਹੋ ਜਾਂਦਾ ਮੈਂ ਨਹੀਂ ਕਰਦੀ ਚੁਗਲੀਆਂ ਇਹ ਇਹ ਚੰਗੀ ਚੁਗਲੀ ਹੁੰਦੀ ਹੈਗੀ ਚੁਗਲੀ ਕਰਨੀ ਅਗਰੇ ਦਾ ਆਪੇ ਪਾਪ ਤੋਂ ਹੀ ਆ ਨਿਫਰੀਚ ਫਰੀਜ ਚ ਪਾਪ ਹੀ ਤੋਂ ਹੁੰਦੇ ਆ ਨਹੀਂ ਚੁਗਲੀ ਸ਼ਬਦ ਦਾ ਮਾੜਾ ਨਹੀਂ ਹੈਗਾ ਪੰਜਾਬੀ ਦੇ ਦੋ ਸ਼ਬਦਾਂ ਤੋਂ ਬਣਿਆ ਚੁਗ ਲਈਆਂ ਚੁਗ ਪਲੱਸ ਲਈਆਂ ਕਿ ਤੂੰ ਗੱਲਾਂ ਚੁਗਲੀਆਂ ਕਿੱਥੇ ਜਾ ਕੇ ਅਸੀਂ ਸਿੱਟ ਦੇਣੀ ਆ ਜ਼ਰੂਰੀ ਨਹੀਂ ਉਹ ਚੰਗੀਆਂ ਗੱਲਾਂ ਹੋਣਗੀਆਂ ਹੋ ਸਕਦੀਆਂ ਨੇ ਉਹ ਚੁਗਲੀਆਂ ਚੁਗਲੀ ਜਿਹੜੀ ਹੁੰਦੀ ਹੈ ਨਾ ਆਪਾਂ ਕਿਸੇ ਕੋਲ ਨਾਰਮਲ ਗੱਲ ਕੀਤੀ ਹੁੰਦੀ ਹੈ ਉਹ ਗਾਂ ਦੀ ਗਾਂ ਮਤਲਬ ਕੀ ਮਤਲਬ ਚੂਹੇ ਤੋਂ ਹਾਥੀ ਬਣਦਾ ਜਾਂਦਾ ਹੁੰਦਾ ਅੱਛਾ ਫੇਰ ਵੀ ਕਿੰਨਾ ਇੱਕ ਕਿਵੇਂ ਜਿਵੇਂ ਚਲੋ ਸਤਵੀਰ ਜੀ ਨਾਲ ਗੱਲ ਕਰਦਾ ਚੁਗਲੀ ਕਿੱਦਾਂ ਦੀ ਜਦੋਂ ਤੁਹਾਨੂੰ ਮਸ਼ਾ ਹੁੰਦਾ ਆਹਾ ਤ੍ਰਿਪਤ ਹੋ ਗਿਆ ਮੈਂ ਇਦਾਂ ਦਿਖੀ ਮੈਂ ਜਿੱਦਾਂ ਦੱਸੀ ਮੈਂ ਕਹਾਂਗੀ ਉਹ ਦੇਖੀ ਉਹ ਨਾ ਤੇ ਉਹ ਲੇਡੀ ਜਾਂਦੀ ਆ ਹਨਾ ਉਹਨੇ ਸੂਟ ਪਾਇਆ ਹੈ ਹਨਾ ਇਹਦੇ ਕੋਲ ਗੱਲ ਇੱਕ ਗੱਲ ਚੱਲ ਗਈ ਇਹਨੇ ਕਿਹਾ ਨਾ ਉਹ ਲੇਡੀ ਜਾਂਦੀ ਆ ਉਹਨੇ ਕਾਲਾ ਸੂਟ ਪਾਇਆ ਆ ਇਹਨੇ ਗਾਂ ਜਾ ਕੇ ਤੁਸੀਂ ਉਹਨੇ ਕਾਲਾ ਸੂਟ ਪਾਇਆ ਸੀ ਨਹੀਂ ਉਹਦੇ ਕਾਲੇ ਸੂਟ ਦੇ ਉੱਤੇ ਇਦਾਂ ਦੀ ਕਢਾਈ ਸੀ ਅੱਛਾ ਉਹਦੇ ਉਹ ਕਾਲੇ ਸੂਟ ਜਾਂਦੀ ਸੀ ਉਹ ਕਢਾਈ ਸੀ ਨਹੀਂ ਉਹਦੇ ਕਢਾਈ ਬਹੁਤ ਗੰਦੀ ਲੱਗਦੀ ਸੀ ਉਹ ਜਿਹੜੀ ਕਮਿਊਨੀਕੇਸ਼ਨ ਨਾ ਉਹ ਗਾਂ ਜਾ ਕੇ ਕੁਸ਼ੋਰ ਹੋ ਜਾਂਦੀ ਹੈ ਬਿਲਕੁਲ ਹਾਂ ਔਰ ਜਿਵੇਂ ਪਿੰਡਾਂ ਚ ਕਹਿੰਦੇ ਸੀ ਉਹ ਕਿਸੇ ਹਸਬੰਦ ਨੇ ਆਪਣੀ ਘਰ ਵਾਲੀ ਨੂੰ ਕਹਤਾ ਕਿ ਮੈਂ ਨਾ ਇੱਕ ਬੰਦਾ ਮਾਰ ਕੇ ਤੂੜੀ ਵਾਲੇ ਕਮਰ ਚ ਉਹਦਾ ਸਿਰ ਰੱਖਿਆ ਦੱਸੀ ਨਾ ਪਰ ਸ਼ਾਮ ਨੂੰ ਸਾਰਾ ਪਿੰਡ ਉਹਦੇ ਘਰ ਆ ਗਿਆ ਸੀ ਅੱਗੇ ਤੁਹਾਨੂੰ ਪਤਾ ਹੈ ਗੱਲ ਕੀ ਹੋਈ ਹੋਣੀ ਆ ਛੁਗਲੀਆਂ ਬਹੁਤ ਚੰਗਾ ਜੀ ਚਲੋ ਹੁਣ ਇੰਟਰਵਿਊ ਮੈਂ ਬਹੁਤ ਕਰ ਲਈ ਆ ਸ਼ਰਨ ਪਿੱਛੇ ਕੈਮਰੇ ਤੇ ਖੜਾ ਕਹਿੰਦਾ ਮੈਨੂੰ ਵੀ ਦੇ ਮੌਕਾ ਆ ਜਾ ਸ਼ਰਨ ਆ ਜਾ ਯਾਰ ਹੁਣ ਤੇਰੀ ਵਾਰੀ ਆ ਆ ਜਾ ਅੱਛਾ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਆਪਾਂ ਨਹੀਂ ਤੁਸੀਂ ਇੱਕ ਮਿੰਟ ਹਾਂ ਜੀ ਮੈਨੂੰ ਟੋਗਰਾ ਟੀਵੀ ਵਾਲਿਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਆ ਜਦੋਂ ਮੈਨੂੰ ਇਹਨਾਂ ਦੀ ਕਾਲ ਆਈ ਹੈ ਨਾ ਵੀ ਅਸੀਂ ਤੁਹਾਡੇ ਇੰਟਰਵਿਊ ਕਰਨ ਦਾ ਆਣਾ ਵਾ ਤਾਂ ਮੈਂ ਬੜੀ ਐਕਸਾਈਟਿਡ ਹੋਈ ਸੀ ਮੈਂ ਟੱਪਣ ਲੱਗ ਗਈ ਸੀਗੀ ਟੱਪ ਕੇ ਦਿਖਾਈ ਉਹ ਨਹੀਂ ਉਹ ਨਹੀਂ ਇਹ ਐ ਲੱਗਣਾ ਵੀ ਅਸੀਂ ਕੀ ਨਾ ਬੋਲ ਕੇ ਇਹਨਾਂ ਨੂੰ ਕਿਹਾ ਵੀ ਹਾਂ ਤੁਸੀਂ ਯਾਰ ਵੀ ਸਾਡਾ ਇੰਟਰਵਿਊ ਜਿੱਦਾਂ ਵੀ ਬਾਕੀ ਇੰਟਰਵਿਊ ਥੋੜੇ ਮਤਲਬ ਸੀਰੀਅਸ ਜੈ ਮਤਲਬ ਆਹ ਇੰਟਰਵਿਊ ਇੰਨਾ ਫਨੀ ਹੋਇਆ ਹੈ ਨਾ ਬਾਹਲੇ ਤੁਹਾਨੂੰ ਵੀ ਤੁਹਾਨੂੰ ਸਾਰਿਆਂ ਨੂੰ ਵੀ ਆਹ ਇੰਟਰਵਿਊ ਬਾਕੀ ਸਾਰਿਆਂ ਨਾਲੋਂ ਅਲੱਗ ਹੀ ਲੱਗੂਗਾ ਜੋ ਰੀਅਲ ਚ ਆਪਾਂ ਹੈਗੇ ਆ ਮੀਨਸ ਜੋ ਰੀਅਲ ਲਾਈਫ ਤੇ ਵਿੱਚ ਹੈਗੇ ਆ ਉਦਾਂ ਹੀ ਅਸੀਂ ਇਦਾਂ ਹੀ ਫਨ ਕਰਦੇ ਆ ਇਦਾਂ ਹੀ ਵੀਰੇ ਨੂੰ ਤੰਗ ਨਹੀਂ ਕਰਦੇ ਮਤਲਬ ਮਜ਼ਾਕ ਕਰਦੇ ਆ ਮਜ਼ਾਕ ਕਰਦੇ ਤੇ ਮੈਂ ਵੀ ਇਹੀ ਗੱਲ ਕਹੂੰਗਾ ਵੀ ਉਹ ਇਹ ਕੋਈ ਵੱਖਰੀ ਗੱਲ ਨਹੀਂ ਹੈਗੀ ਵੀ ਅਸੀਂ ਕੁੜੀਆਂ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਇੱਕ ਇਕੁਅਲ ਲੋ ਯਾਰ ਜੇ ਅਸੀਂ ਕਹਿੰਦੇ ਨਾ ਵੀ ਮੁੰਡੇ ਕੁੜੀਆਂ ਇਕੁਅਲ ਨਹੀਂ ਤਾਂ ਫਿਰ ਇੱਥੇ ਵੀ ਇਹਨਾਂ ਨੂੰ ਇਕੁਅਲ ਲੋ ਵੀ ਹਾਂ ਕਰ ਸਕਦੀਆਂ ਨੇ ਕੋਈ ਇੱਥੇ ਕੋਈ ਯੂਨੀਕ ਗੱਲ ਨਹੀਂ ਹੈਗੀ ਸੋ ਉਹਨੂੰ ਐਂ ਕਹੋ ਵੀ ਹਾਂ ਯਾਰ ਕਰ ਰਹੀਆਂ ਨੇ ਐਦਾਂ ਐਦਾਂ ਤੇ ਫੰਡ ਕਰ ਰਹੇ ਨੇ ਤੁਹਾਡੇ ਸਾਹਮਣੇ ਹੀ ਆ ਮਾਰੋ ਮੁੱਕੇ ਇੱਕ ਦੂਜੇ ਦੇ ਅੱਛਾ ਕਰਦੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਐਦਾਂ ਸਾਡੇ ਨਾਲ ਜੁੜੇ ਰਹੋ ਤੇ ਐਦਾਂ ਦੇ ਇੰਟਰਵਿਊਜ਼ ਅਸੀਂ ਫੇਰ ਲੈਂਦੇ ਰਹਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਬਾਈ ਕਰੋ ਬਾਈ ਬਾਈ ਇੱਦਾਂ ਸਿੱਕਾਦੂ ਲਗੋਈ ਜਾਂਦਾ ਢਿੱਡ ਤੋਂ ਮੂਰੇ ਕਰਦਾ ਕਰਦਾ ਹੀ ਮੂਰੇ ਜਾਂ ਬਾਈ ਬਾਈ ਕਰਾ ਬਾਈ ਹੈ ਬਾਈ ਐ ਬਾਈ ਜੀ ਕਰਦੇ ਬਾਈ 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 ਬਾਈ